ਸਤਿ ਸ਼੍ਰੀ ਅਕਾਲ, ਮੈਂ ਬਲਜੀਤ ਕੌਰ ਵਿਰਕ ਤਸਵੀਰ ਪੰਜਾਬ ਦੀ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਆਓ ਅਸੀਂ ਦਰਸ਼ਨ ਕਰੀਏ ਡੇਰਾ ਮਾਤਾ ਪੰਜਾਬ ਕੌਰ ਜੀ ਪਿਪਲੀ ਸਾਹਿਬ, ਪਿੰਡ ਨੰਗਲ ਅੰਬੀਆਂ, ਨੇੜੇ ਸ਼ਾਹਕੋਟ, ਜ਼ਿਲ੍ਹਾ ਜਲੰਧਰ ਵਿਖੇ। ਆਓ ਦਰਸ਼ਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਤੁਸੀਂ ਇਹਨਾਂ ਗੁਰਦੁਆਰਾ ਸਾਹਿਬ ਬਾਰੇ ਦਰਸ਼ਨ ਕਰਾਓ ਜੀ। ਆਓ ਜੀ, ਆਪਣੇ ਮਾਤਾ ਪੰਜਾਬ ਕੌਰ ਡੇਰਾ ਪਿਪਲੀ ਸਾਹਿਬ ਨੰਗਲ ਅੰਬੀ, ਆਓ ਜੀ ਤੁਹਾਨੂੰ ਇਹਨਾਂ ਦੇ ਸਥਾਨ ਦੇ ਦਰਸ਼ਨ। ਮਾਤਾ ਪੰਜਾਬ ਕੌਰ ਜੀ ਦਾ ਆ ਆਪਣੇ ਬਾਬਾ ਸ਼੍ਰੀ ਚੰਦ ਜੀ, ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ। ਆ ਮਾਤਾ ਪੰਜਾਬ ਕੌਰ ਜੀ ਦੀ ਜੋਤ ਆ ਜੀ, ਜਿਹੜੀ ਹਰ ਵੇਲੇ 24 ਘੰਟੇ ਜਾਗਦੀ ਰਹਿੰਦੀ ਆ। ਮਹਾਰਾਜ ਜੀ ਨੇ ਸੱਚਖੰਡ ਇੱਥੇ ਜਿਵੇਂ ਸੁੱਖਾਂ 12 ਲੋਕਾਂ ਦੀਆਂ ਪੂਰੀਆਂ ਹੁੰਦੀਆਂ ਨੇ ਤਾਂ ਅਖੰਡ ਪਾਠ ਪ੍ਰਕਾਸ਼ ਹੁੰਦਾ ਉੱਥੇ ਲੜੀਆਂ। ਆਓ ਜੀ ਹੁਣ ਤੁਹਾਨੂੰ ਮਾਤਾ ਪੰਜਾਬ ਕੌਰ ਜੀ ਨੇ ਜਿੱਥੇ ਕੱਚੇ ਤੰਦ ਨਾਲ ਪੀਂਘ ਝੂਟੀ ਸੀ ਉਹ ਜਗ੍ਹਾ ਦੇ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਇਹ ਉਹ ਇਤਿਹਾਸਕ ਪਿਪਲੀ ਸਾਹਿਬ ਆ ਜਿਹਨਾਂ ਨਾਲ ਮਾਤਾ ਪੰਜਾਬ ਕੌਰ ਜੀ ਨੇ ਕੱਚੇ ਤੰਦ ਨਾਲ ਪੀਂਘ ਝੂਟੀ ਸੀ। ਇਹ ਪਿਪਲੀ ਸਾਹਿਬ 400 ਸਾਲ ਪੁਰਾਣੀ ਆ ਅਤੇ ਇਹਦੇ ਵਿੱਚ ਇਹ ਸੀ ਕਿ ਮਾਤਾ ਪੰਜਾਬ ਕੌਰ ਜੀ ਦੀਆਂ ਸਹੇਲੀਆਂ ਪੀਂਘ ਝੂਟਦੀਆਂ ਸੀ, ਉਹ ਉਹਨਾਂ ਨੂੰ ਝੂਟਣ ਨਹੀਂ ਸੀ ਦਿੰਦੀਆਂ ਤਾਂ ਮਾਤਾ ਜੀ ਨੇ ਆਪਣੀ ਮਾਤਾ ਜੀ ਤੋਂ ਕੱਚਾ ਤੰਦ ਲਿੱਤਾ ਅਤੇ ਉਹਨਾਂ ਨਾਲ ਤੰਦ ਪਾ ਕੇ ਅਤੇ ਉਹਨਾਂ ਨੇ ਪਿਪਲੀ 'ਤੇ ਪੀਂਘ ਝੂਟੀ। ਇਸ ਪਿਪਲੀ ਦੇ ਨਾਲ ਇਹਨਾਂ ਦਾ ਇਹ ਅਸਥਾਨ ਜਾਣਿਆ ਜਾਂਦਾ ਹੈ। ਇਹ ਪਿਪਲੀ 400 ਸਾਲ ਪੁਰਾਣੀ ਹੈ। ਨਵਦੀਪ ਜੀ, ਸਾਨੂੰ ਕੋਈ ਹੋਰ ਜਾਣਕਾਰੀ ਵੀ ਦਿਓ ਤਾਂ ਕਿ ਸੰਗਤਾਂ ਨੂੰ ਦੱਸਿਆ ਜਾਵੇ। ਇਸ ਡੇਰੇ ਦੇ ਵਿੱਚ ਬਹੁਤ ਸਖਤੀਆਂ ਨੇ ਅਤੇ ਬਹੁਤ ਇਹਨਾਂ ਬਾਰੇ ਜਾਣਕਾਰੀ ਆ। ਤੁਹਾਨੂੰ ਇੱਥੇ ਦੇ ਮੁਖੀ ਬਾਬਾ ਚੇਤਨ ਦਾਸ ਜੀ ਇਹਨਾਂ ਬਾਰੇ ਦੱਸਣਗੇ। ਤੁਹਾਨੂੰ ਉਹਨਾਂ ਤੋਂ ਪਹਿਲਾਂ ਮੈਂ ਆ ਜਾਓ ਬਾਬਾ ਸ਼੍ਰੀ ਚੰਦ ਜੀ ਦਾ ਧੂਣਾ ਸਾਹਿਬ ਜੋ ਕਿ ਉਦਾਸੀਆਂ ਦਾ ਡੇਰਾ ਹੈ, ਉਹਨਾਂ ਦੇ ਦਰਸ਼ਨ ਕਰਾਉਣ ਲਈ ਤੁਹਾਨੂੰ ਲੈ ਜੀ। ਚਲੋ ਇਹ ਬਾਬਾ ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀ ਦਾ ਧੂਣਾ ਜੋ ਕਿ ਮੇਲੇ ਨੂੰ ਸਾਧੂ ਸ਼੍ਰੀ ਚੰਦ ਜੀ ਦਾ। ਇਹ ਉਦਾਸੀਆਂ ਦੇ ਡੇਰੇ ਦੀ ਇੱਕ ਇਹੀ ਪਹਿਚਾਣ ਆ ਜਿੱਥੇ ਧੂਣਾ ਸਾਹਿਬ ਹੋ। ਇਹ ਧੂਣਾ ਸਾਹਿਬ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਆਪ ਲਾਇਆ ਸੀ। ਇੱਥੇ ਵੀ ਬਾਬਾ ਸ਼੍ਰੀ ਚੰਦ ਜੀ ਆਏ ਹੋਏ ਨੇ ਪਹਿਲੀਆਂ ਦੇ ਵਿੱਚ।
ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਬਾਲਕ ਧਰਮਚੰਦ ਨੂੰ ਆਪਣੇ ਅੰਗੂਠੇ ਤੋਂ ਦੁੱਧ ਪਿਲਾ ਕੇ ਪਾਲਣਾ ਕਰ ਰਹੇ ਹਨ। ਜਗਤ ਗੁਰੂ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਉਦਾਸੀਨ ਚਾਰਿਆ। ਜਗਤ ਗੁਰੂ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਉਦਾਸੀਨ ਚਾਰਿਆ। ਹੁਣ ਇਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਝੰਡਾ ਸਾਹਿਬ, ਜੋ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਮੇਲਾ ਲੱਗਦਾ ਹੈ ਅਤੇ ਝੰਡਾ ਸਾਹਿਬ ਨੂੰ ਪਹਿਲਾਂ ਥੱਲੇ ਲਾਉਂਦੇ ਆ, ਫਿਰ ਉਹਨਾਂ ਦਾ ਇਸ਼ਨਾਨ ਕਰਾ ਕੇ ਉਹਨਾਂ 'ਤੇ ਸਰੋਪੇ ਪਵਾ ਕੇ ਫਿਰ ਉਸ ਨੂੰ ਚੜ੍ਹਾਉਂਦੇ ਆ, ਫਿਰ ਸੰਗਤ ਆਓ ਜੀ। ਇਸ ਤੋਂ ਪਹਿਲਾਂ ਬਾਬਾ ਜੀ ਦੇ ਜੋ ਕਿ ਪਹਿਲਾਂ ਗੱਦੀ ਦੇ ਨਸੀਨ ਸੀ ਮਹੰਤ ਸੰਤ ਰਾਮ ਜੀ, ਉਹਨਾਂ ਦੀ ਸਮਾਧ ਆ, ਜੋ ਕਿ ਤੁਹਾਨੂੰ ਸਮਾਧ ਦੇ ਦਰਸ਼ਨ ਕਰਾਉਂਦੇ ਹਾਂ। ਇਹ ਜੀ ਆਪਣੇ ਮਹੰਤ ਸੰਤ ਰਾਮ ਜੀ, ਜੋ ਕਿ ਮਹੰਤ ਚੇਤਨ ਦਾਸ ਜੀ ਤੋਂ ਪਹਿਲਾਂ ਹੋਏ ਨੇ, ਹੁਣ ਮੌਜੂਦਾ ਗੱਦੀ 'ਤੇ ਮਹੰਤ ਚੇਤਨ ਦਾਸ ਜੀ ਨੇ। ਇਹ ਆਪਣੇ ਬਾਬਾ ਸੰਤ ਰਾਮ ਜੀ ਦੀ ਸਮਾਧ ਹੈ। ਇਹ ਉਹ ਖੂਹੀ ਸਾਹਿਬ ਆ ਜਿੱਥੋਂ ਮਾਤਾ ਪੰਜਾਬ ਕੌਰ ਜੀ ਆਪਣਾ ਪਾਣੀ ਦੀਆਂ ਘੜੇ ਭਰ ਕੇ ਲੈ ਕੇ ਜਾਂਦੇ, ਦੋ ਗਿੱਠ ਜਿਹੜੇ ਸਿਰ ਤੋਂ ਉੱਚੇ ਹੁੰਦੇ ਸੀ। ਇਹ ਉਹ ਸਥਾਨ ਆ, ਇਹ ਉਹ ਖੂਹੀ ਸਾਹਿਬ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬੈਠਣਾ ਮੰਗਦੀ ਹੁਣ ਮੈਂ ਇਹ ਮਾਤਾ ਪੰਜਾਬ ਕੌਰ ਜੀ ਦੀ ਬੋਲੀ ਸਾਹਿਬ ਬਣਾਈ ਸੀ, ਜੋ ਕਿ ਸੰਗਤਾਂ ਵੱਲੋਂ, ਕਿਉਂਕਿ ਇੱਥੇ ਪਾਣੀ ਦੇ ਕਰਕੇ ਉਹਨਾਂ ਨੇ ਗੰਗਾ ਜਲ ਲਈ ਲੋਕਾਂ ਵਾਸਤੇ ਵੀ ਘਰ ਲਿਜਾਣ ਲਈ ਛਿੱਟਾ ਦੇਣ ਨੂੰ ਅਤੇ ਉਹਦਾ ਇਸ਼ਨਾਨ ਕਰਨ ਵਾਸਤੇ ਬੰਦਿਆਂ ਵਾਸਤੇ ਇਸ ਤਰ੍ਹਾਂ ਅਤੇ ਬੁੜੀਆਂ ਲਈ ਉਸ ਤਰ੍ਹਾਂ ਬਣਾਈ ਸੀ, ਅਤੇ ਇੱਥੇ ਦਰਸ਼ਨ ਕਰਨ ਲਈ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਨੇ ਇਸ ਬੋਲੀ ਸਾਹਿਬ ਦੇ ਦਰਸ਼ਨ ਕਰਨ ਲਈ। ਇਹ ਮਾਤਾ ਪੰਜਾਬ ਕੌਰ ਜੀ ਦੀ ਯਾਦ ਵਿੱਚ ਬਣੀ ਹੋਈ ਹੈ। ਇਹ ਉਹ ਬੋਲੀ ਸਾਹਿਬ ਸੀ।
ਬਾਕੀ ਦੀ ਜਿਹੜੀ ਨੌਲੇਜ ਹੈ ਡੇਰੇ ਬਾਰੇ ਜੋ ਵੀ ਹੈ, ਜਿਹੜੇ ਮੌਜੂਦਾ ਗੱਦੀ ਮਹੰਤ ਚੇਤਨ ਦਾਸ ਜੀ ਉਹ ਤੁਹਾਨੂੰ ਦੱਸਣਗੇ ਮਾਤਾ ਪੰਜਾਬ ਕੌਰ ਜੀ ਦੇ ਡੇਰੇ ਬਾਰੇ। ਠੀਕ ਜੀ, ਆਓ ਚੱਲੀਏ, ਤੁਹਾਨੂੰ ਉਹਨਾਂ ਨਾਲ ਮਿਲਾਉਂਦੇ ਹਾਂ। ਬਾਬਾ ਜੀ, ਅਸੀਂ ਇੱਥੇ ਆਏ ਹਾਂ ਅਤੇ ਸਾਨੂੰ ਇਸ ਡੇਰਾ ਸਾਹਿਬ ਦੇ ਬਾਰੇ, ਮਾਤਾ ਜੀ ਬਾਰੇ ਕੁਛ ਨਾ ਕੁਛ ਜਾਣਕਾਰੀ ਦੀ। ਮਾਤਾ ਪੰਜਾਬ ਕੌਰ ਜੀ ਜਿਹੜੇ ਆ ਸੱਤਵੀਂ ਪਾਤਸ਼ਾਹ ਜੀ ਵੱਡੀ ਨੌਂ ਆ ਬਾਬੇ ਰਾਮ ਰਾਏ ਦੇ ਘਰ। ਹਾਂਜੀ, ਅਤੇ ਖੱਤਰੀਆਂ ਦੀ ਲੜਕੀ ਸੀ ਇਹ। ਹਾਂਜੀ, ਬਡੇਰਾ ਕੋਲ ਰਿਹਾ ਉਹਨਾਂ ਦਾ। ਅੱਛਾ ਜੀ, ਹਾਂਜੀ। ਮਾਤਾ ਮਲੂਕੀ, ਮਾਤਾ ਰਾਜ ਕੌਰ, ਮਾਤਾ ਲਾਲ ਕੌਰ, ਇਹ ਸਭ ਨਾਲ ਛੋਟੀ ਮਾਤਾ ਪੰਜਾਬ ਇਹ ਆ ਇਕੱਲੇ ਸੀ ਤੇ ਚੌਥੀ ਸ਼ਾਦੀ ਦੇ ਇਹਨਾਂ ਦੀ। ਹਾਂਜੀ, ਚੌਥੀ ਸ਼ਾਦੀ ਜਿਹੜੀ ਆ। ਹਾਂਜੀ, ਜ਼ਿਆਦਾ ਦੇਹਰਾਦੂਨ ਦੇ ਕੰਮ ਜ਼ਿਆਦਾ ਇਹਨਾਂ ਨੇ ਕੀਤਾ। ਇੱਥੇ ਇਹਨਾਂ ਦਾ ਰਾਮ ਰਾਏ ਜੀ ਦੀ ਚੌਥੀ ਸ਼ਾਦੀ ਵਾਲੀ ਇਹ। ਹਾਂਜੀ, ਠੀਕ ਹੈ ਜੀ। ਇਹਨਾਂ ਦਾ ਬਚਪਨ ਦੇ ਬਾਰੇ ਚ ਬਚਪਨ ਇਹਨਾਂ ਦਾ ਇੱਥੇ ਮਤਲਬ ਜਿਹੜਾ ਪੇਪਰ ਆ ਪਿਛਲੇ ਪਾਸੇ। ਹਾਂਜੀ, ਉਹਦੇ ਨਾਲ ਕੱਚੇ ਤਾਂ ਮੁਸਲਮਾਨਾਂ ਦਾ ਪਿੰਡ ਸੀ ਇਹ ਸਾਰਾ। ਹਾਂਜੀ, ਤੇ ਮੁਸਲਮਾਨ ਦੀਆਂ ਲੜਕੀਆਂ ਕਹਿੰਦੀਆਂ ਵੀ ਤੈਨੂੰ ਅਸੀਂ ਝੂਟੇ ਨਹੀਂ ਦੇਣ, ਤੂੰ ਖੱਪੜੀਆਂ ਦੀ ਲੜਕੀਆਂ। ਹਾਂਜੀ, ਇਹ ਫਿਰ ਆਪਦੀ 7 ਸਾਲ ਦੀ ਸੀ, ਆਪਦੀ ਮਾਤਾ ਨੂੰ ਜਾ ਕੇ ਕਹਿੰਦੀ ਵੀ ਮੈਨੂੰ ਲੂੰ ਦੇ, ਮੈਂ ਕੱਟਣਾ। ਕਹਿੰਦੇ ਵੀ ਛੋਟੀ ਜਿਹੀ ਬੱਚੀ ਆ, ਤੂੰ ਕਿੱਥੋਂ ਕੱਟ ਰਹੇਗੀ। ਹਾਂਜੀ, ਉਹਨਾਂ ਫਿਰ ਮਤਲਬ ਬੱਚਿਆਂ ਦੀ ਜਿੱਦ ਹੁੰਦੀ ਜਿੱਦਾਂ, ਉਹਨਾਂ ਦਾ ਦੇਵਤਾ ਉਸ ਰੂਮ ਦੇ ਨਾਲ ਫਿਰ ਗੋਵਤਾ ਬਣਾ ਕੇ ਉਸ ਟੱਪਾ ਦੇ ਉੱਤੇ ਸਿੱਟ ਕੇ ਉਹਦੇ ਨਾਲ ਫਿਰ ਪੀਂਗ ਜੋ ਕੱਚੇ ਤਾਂ ਫਿਰ ਪਾਣੀ ਦੇ ਘੜੇ ਆ, ਖੂਹ ਆ, ਉਹ ਘੜੇ ਜਿਹੜੇ 1.5-2 ਬਿਠਾ ਫਿਰ ਉੱਚੇ ਰਹਿੰਦੇ ਲੈਣ ਦੋ ਇਹਨਾਂ ਨੇ ਇੱਥੇ ਕੌਤਕ ਸਲਾਨਾ ਜੋੜ ਮੇਲਾ ਕਦੋਂ ਹੁੰਦਾ? ਸਲਾਨਾ ਜੋੜ ਵਿਸਾਖ ਸੁੱਧੀ ਪੈਣ ਦੀ ਲੱਗਦੀ ਆ। ਹਾਂਜੀ, ਪਰ ਵੱਡੀ ਪੈਣ ਵੀ ਹੋਏਗਾ। ਆਪਣੇ ਅੰਗਰੇਜ਼ੀ ਮਹੀਨੇ ਦਾ ਕਿਹੜਾ ਮਹੀਨਾ ਆਉਂਦਾ ਅੰਗਰੇਜ਼ੀ ਦਾ? ਮਾਰਚ, ਅਪ੍ਰੈਲ ਵੀ ਆ ਜਾਂਦੀ ਆ, ਮਈ ਵੀ ਆ ਜਾਂਦਾ। ਮਈ ਵੀ ਆ ਜਾਂਦਾ ਕਿਸੇ ਵੇਲੇ, ਅਪ੍ਰੈਲ ਦਾ ਅਖੀਰ ਤੇ ਮਈ ਦਾ ਸ਼ੁਰੂ ਆ। ਹਾਂਜੀ, ਠੀਕ ਹੈ ਜੀ। ਤੁਸੀਂ ਇਸ ਜਗ੍ਹਾ ਤੇ ਕਦੋਂ ਤੋਂ ਆਏ? ਸਾਡੀ ਚੌਥੀ ਪੀੜ੍ਹੀ ਹੈ ਜੱਦੀ ਜੀ, ਪੜਦਾਦਾ ਸਾਡਾ ਜਾਣੀ ਚੇਲਾ ਹੋਇਆ, ਅੱਜ ਬਾਅਦ ਤਿਆਗ, ਉਹਦੇ ਬਾਅਦ ਚੌਥੀ ਪੀੜ੍ਹੀ। ਅੱਛਾ, ਪੜਦਾਦਾ ਜੀ ਤੁਹਾਡੇ? ਹਾਂਜੀ ਹਾਂਜੀ, ਬੁੱਧਾ ਜੀ। ਠੀਕ ਹੈ ਜੀ, ਉਹਦੇ ਬਾਅਦ ਬਾਬਾ ਜੀ, ਫਿਰ ਮੇਰਾ ਗੁਰੂ ਤਾਇਆ ਜੀ ਵੀ। ਹਾਂਜੀ, ਚੌਥੀ ਪੀੜ੍ਹੀ। ਅਤੇ ਫਿਰ ਪਿਤਾ ਜੀ? ਪਿਤਾ ਜੀ ਛੋਟਾ ਭਾਈ ਸੀ ਨਾ ਤਾਇਆ ਜੀ ਦਾ। ਹਾਂਜੀ, ਨਹੀਂ ਤਾਏ ਤੋਂ ਗੱਦੀ ਆਈ। ਠੀਕ ਹੈ ਜੀ। ਸੰਗਤ ਇੱਦਾਂ ਆਉਂਦੀ ਰਹਿੰਦੀ ਆ? ਹਾਂ, ਸੰਗਤ ਹਾਂਜੀ ਹਾਂਜੀ, ਜਿੱਦਾਂ ਜਿੱਦਾਂ ਸੰਗਤ ਆਉਣੀਆਂ ਮਨੋਕਾਮਨਾ ਪੂਰੀਆਂ ਆਉਂਦੀਆਂ, ਗੁੰਗੇ ਬੋਲਣ ਲੱਗ ਪੈਂਦੇ ਇੱਥੇ ਜਿਹੜੇ ਆਉਂਦੇ ਆ, ਖੰਡ ਪਾਠ ਵੀ ਦਿੰਦੇ ਆ।
ਮੇਰੇ ਰਿਜ਼ਲਟ ਵੀ ਅਖੰਡ ਪਾਠ ਹੋ ਜਾਂਦੇ। ਅੱਛਾ ਜੀ, ਮਾਨਤਾ ਬਹੁਤ ਹੈ। ਹਾਂਜੀ, ਮਾਨਤਾ ਬਹੁਤ ਹੈ। ਗੁੰਮੀਆਂ ਹੋਣਗੇ ਇਹਦੇ ਜਾਂ ਮੌਕੇ ਹੋਣ, ਲੂਣ ਝਾੜੂ ਗੁੰਮੀਆਂ ਗੁੰਮੀਆਂ ਮੌਕੇ। ਹਾਂਜੀ, ਅੱਛਾ ਜੀ, ਹਾਂਜੀ, ਠੀਕ ਹੈ। ਤੁਹਾਡੇ ਕੋਲੋਂ ਜਾਣਕਾਰੀ ਲੈ ਕੇ ਇਹ ਪਤਾ ਲੱਗਿਆ ਕਿ ਬਹੁਤ ਹੀ ਮਤਲਬ ਮੰਨਣ ਯੋਗ ਸਥਾਨ ਹੈ। ਹਾਂਜੀ, ਹਾਂਜੀ, ਤੇ ਕਈ ਵਾਰੀ ਕਈਆਂ ਦੇ ਕੋਲੋਂ ਅਣਗੋਲਿਆ ਰਹਿ ਜਾਂਦਾ ਆ। ਹਾਂਜੀ, ਹਾਂਜੀ, ਤੇ ਤੁਹਾਡੀ ਜਾਣਕਾਰੀ ਦਿੱਤੀ ਆ ਜਿਹੜੀ, ਇਹਦੇ ਨਾਲ ਆਸ ਕਰਦੇ ਹਾਂ ਕਿ ਬਹੁਤ ਦੂਰ ਦੂਰ ਤੱਕ ਇਸ ਸਥਾਨ ਬਾਰੇ ਲੋਕਾਂ ਨੂੰ ਪਤਾ ਲੱਗੂਗਾ ਤੇ ਹੋਰ ਵੀ ਲੋਕ ਇੱਥੇ ਆਉਣਾ ਸ਼ੁਰੂ ਹੋਣਗੇ। ਹਾਂਜੀ, ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਰਾਏ ਮਹਾਰਾਜ ਕੀ ਜੈ। ਬੋਲ ਮਾਤਾ।